ਕਰਾਸਿੰਗ ਦੀ ਵੀਡੀਓ ਹੈ ਤੁਹਾਡੇ ਕੋਲ? ਸਹੀ ਹੋ ਗਿਆ, ਕੋਈ ਵੀ ਬਾਈ ਇਹ ਬੱਕਰੀ ਖਰੀਦੇ, ਗੱਬਣ ਬੱਕਰੀ ਹੈ ਤੇ ਕਰਾਸਿੰਗ ਦੀ ਕੋਈ ਵੀਡੀਓ ਮੰਗੇ ਨਾ ਬਾਈ, ਇਸ ਤੇ ਬਰੀਡਰ ਕਿਹੜਾ ਲੱਗ ਹੋਇਆ ਉਹ ਵੀ ਇਨਸ਼ਾਅੱਲਾ ਆਬਾਦ ਭਾਈ ਤੁਹਾਨੂੰ ਚੈੱਕ ਕਰਾਵਣਗੇ। ਆਬਾਦ ਭਾਈ ਆਬਾਦ ਭਾਈ ਇਹ ਕਿਤਨੇ ਕੁ ਮਹੀਨਿਆਂ ਦੀ ਗੱਬਣ ਹੈ? ਘਰੇਲੂ ਬੱਕਰੀਆਂ ਨੇ ਜਨਾਬ, ਕੋਈ ਫਾਰਮ ਸ਼ਾਰਮ ਵਾਲੀ ਬੱਕਰੀ ਨਹੀਂ ਹੈ। ਇਹਦੀ ਗਰੰਟੀ ਦੇਣਗੇ ਜਨਾਬ ਗੱਬਣ ਦੀ? ਕੱਲ ਨੂੰ ਫਿਰ ਜਾਵੇ ਤਾਂ ਉਹ ਤੁਹਾਡੀ ਹੋਏਗੀ ਕਿ ਮਾਲਕਾਂ ਦੀ ਹੋਏਗੀ? ਇੱਕ ਮਹੀਨੇ ਦੀ ਗੱਬਣ ਉਹ ਨਸੀਬ ਦੇਵਾਂਗੇ। ਅੱਛਾ, ਜਿਹੜੀ ਚੀਜ਼ ਵੀ ਖਾਵਾਂਗੇ ਬਕਾਇਦਾ। ਅੱਛਾ ਇਹ ਦੱਸੋ, ਪਹਿਲੇ ਸੂਏ ਪਹਿਲੇ ਸੂਏ ਦੂਏ ਸੂਏ? ਪਹਿਲੇ ਸੂਏ ਤੇ ਚਾਰ ਦਾਨ ਦੇ ਇਹ ਵੇ, ਪਹਿਲੇ ਸੂਏ ਤੇ ਹੁਣ ਚਾਰ ਦਾਨ, ਚਾਰ ਦਾਨ ਦੇ। ਹਾਂ, ਕੀ ਬਾਤ ਹੈ, ਅਗਲੇ ਸੂਏ ਦੀ ਹੈ ਉਹ ਪਿਛਲੇ ਸੂਏ ਦੀਆਂ ਦੋ ਬੱਟੀਆਂ। ਅੱਛਾ ਅੱਛਾ, ਇਹ ਅਸਲਾਮ ਅਲੈਕਮ ਦੋਸਤੋ, ਅੱਜ ਜਨਾਬ 28 ਅਗਸਤ ਬਰੋਜ਼ ਬੁੱਧ 2024 ਦੀ ਵੀਡੀਓ। ਸੁਬਹ ਤੁਹਾਨੂੰ 11 ਵਜੇ ਅਪਡੇਟ ਦਿੱਤੀ ਸੀ ਮੰਡੀ ਦੀ, ਅਤੇ ਦੂਸਰੀ ਵੀਡੀਓ ਜਨਾਬ ਇੱਕ ਵਾਰੀ ਫਿਰ ਦੋਸਤਾਂ ਵਾਸਤੇ ਅਪਲੋਡ ਕਰ ਰਹੇ ਹਾਂ, ਅਤੇ ਇਹਦੇ ਵਿੱਚ ਕਮ ਰੇਂਜ ਵਾਲੇ ਜਾਨਵਰ ਜਨਾਬ ਤੁਹਾਨੂੰ ਦਿਖਾਵਾਂਗੇ ਇਨਸ਼ਾਅੱਲਾ, ਕੋਸ਼ਿਸ਼ ਕਰਾਂਗੇ। ਜਿਸ ਤਰ੍ਹਾਂ ਦਾ ਵੀ ਹੋਇਆ ਜਾਨਵਰ ਸਾਰੇ ਦਿਖਾਵਾਂਗੇ, ਕੋਈ ਵੱਡੇ ਵੀ ਆਏ ਨੇ, ਮੁਖਤਲਿਫ ਜਨਾਬ ਜਾਨਵਰ ਆਏ ਨੇ, ਕੋਈ ਛੋਟੇ ਕੋਈ ਵੱਡੇ, ਕੋਈ ਸਸਤੇ ਕੋਈ ਮਹਿੰਗੇ, ਔਰ ਨਸਲ ਦੇ ਹਿਸਾਬ ਨਾਲ ਪੈਸੇ ਹੁੰਦੇ ਨੇ। ਅਤੇ ਤੁਸੀਂ ਵੇਖ ਰਹੇ ਹੋ ਯੂਟਿਊਬ ਚੈਨਲ ਮੁਜਤਬਾ ਗੋਲਡ ਫਾਰਮ ਲੁੱਡਣ। ਗੁਜ਼ਾਰਿਸ਼ ਕਰਾਂਗਾ ਜਿਹੜੇ ਨਵੇਂ ਦੋਸਤ ਨੇ ਇਸ ਚੈਨਲ 'ਤੇ, ਅਗਰ ਹਾਲੇ ਤੱਕ ਉਹਨਾਂ ਇਸ ਚੈਨਲ ਮੁਜਤਬਾ ਗੋਲਡ ਫਾਰਮ ਲੁੱਡਣ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਓ, ਨਾਲ ਘੰਟੀ ਵੀ ਦਬਾਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦਾ ਰਹੇ। ਲਓ ਜੀ, ਵੀਡੀਓ ਦਾ ਆਗਾਜ਼ ਕਰਨੇ ਆ, ਪੁੱਛਣੇ ਆ ਜਨਾਬ ਕੀ ਰੈਡ ਸ਼ੈਡ ਭਾਈ ਹੋਰੀ ਕਰ ਰਹੇ ਨੇ। ਇਹਨਾਂ ਕੋਲ 4 ਬੱਕਰੇ ਖੜ੍ਹੇ ਨੇ, ਇੱਕ ਹੈ ਬੱਕਰਾ ਖੜ੍ਹਾ। ਲਓ ਜੀ, ਪੱਠੇ ਵੀ ਆ ਗਏ, ਚਾਰਾ ਖਵਾ ਕੇ ਵੀ ਖਾ ਰਹੇ ਨੇ, ਨਾਲ ਹੀ ਗਾਹਕ ਲੱਗੇ ਖੜ੍ਹੇ ਨੇ, ਅਤੇ ਰੈਡ ਸ਼ੈਡ ਪੁੱਛ ਕੇ ਦੱਸ ਦਿੰਦੇ ਕੀ ਰੈਡ ਸ਼ੈਡ ਕਰ ਰਹੇ ਨੇ। ਦੂਸਰਾ ਤੀਸਰਾ ਹੈ ਖੜ੍ਹਾ ਜੀ, ਸਾਰੀ ਚਾਰੇ ਖੀਰੇ ਨੇ, ਕੋਈ ਦੋਂਦਾ ਛੋਂਦਾ ਹੀ ਹੈ, ਚਾਰੇ ਖੀਰੇ ਨੇ। ਲਓ ਜੀ, ਕੀ ਮੁੱਲ ਛੁੱਲ ਕਰ ਰਹੇ ਨੇ ਚਾਰਾਂ ਦਾ? ਮੁਹੱਬਤ ਵਾਲਾ ਰੇਟ ਦੱਸਣਾ ਮੰਡੀ 38-40 ਕਰ ਲਏ, ਲੇਕਿਨ ਫਾਈਨਲ 32,000 ਨੂੰ ਦੇ ਦੇਵਾਂਗੇ। 32-32,000 ਨੂੰ ਚਾਰੇ, ਭਾਵੇਂ ਕੋਈ ਇੱਕ ਲਵੇ ਭਾਵੇਂ ਦੋ ਲਵੇ, ਜਿਹੜਾ ਮਰਜ਼ੀ ਲਵੇ। ਠੀਕ ਹੋ ਗਿਆ। ਲਓ ਜੀ, ਬੱਕਰੇ ਸੋਹਣੇ ਨੇ ਮਾਸ਼ਾਅੱਲਾ, ਮੁੱਲ ਕਹਿ ਰਹੇ ਨੇ 38,000 ਕਰ ਰਹੇ ਹਾਂ, ਲੇਕਿਨ ਫਾਈਨਲ ਜਿਹੜੇ ਨਾ 32,000 ਦੇ ਹਿਸਾਬ ਨਾਲ ਦੇਣੇ, ਜਿਹੜਾ ਮਰਜ਼ੀ ਇਹਨਾਂ 'ਚੋਂ ਖਰੀਦ ਸਕਦੇ ਹੋ ਤੁਸੀਂ, ਚਾਹੇ ਕਾਲਾ ਚੀਨਾ ਲੈ ਲਓ, ਚਾਹੇ ਬਰਾਊਨ ਚੀਨਾ ਇਹ ਲੈ ਲਓ, ਚਾਹੇ ਇਹ ਜਿਹੜਾ ਪੱਠੇ ਉਤਾਂਹ ਹੋ ਕੇ ਖਾ ਰਿਹਾ, ਚਾਹੇ ਇਹ ਲੈ ਲਓ, ਅਤੇ ਭਾਵੇਂ ਇਹ ਲੈ ਲਓ, ਜਿਹੜਾ ਮਰਜ਼ੀ ਲੈ ਲਓ, ਚਾਰੇ ਖੀਰੇ ਨੇ। ਇਹ ਜਨਾਬ ਅੱਜ ਦੀ ਅਪਡੇਟ ਰਾਬਤਾ ਕਰਨਾ ਹੈ, ਅਤੇ ਤਕਰੀਬਨ ਸ਼ਾਮੀ 7 ਵਜੇ ਵੀਡੀਓ ਅਪਲੋਡ ਹੋਣੀ ਹੈ, ਅਤੇ ਹੋ ਸਕਦਾ ਮੰਡੀ 'ਚ ਹੀ ਸੇਲ ਹੋ ਜਾਵਣ, ਨਹੀਂ ਤਾਂ ਫਿਰ ਜਿਹਦੇ ਨਸੀਬ 'ਚ ਉਹ ਲੈ ਜਾਏਗਾ। ਲਓ ਜੀ, ਉਹ ਬੱਕਰੇ ਕਹਿੰਦੇ ਨੇ ਉਹ ਵੀ ਤੁਹਾਡੇ ਨੇ, ਉਹ ਰੈਡ ਕਹਿੰਦੇ ਸੁਣਿਆ। ਲਓ ਜੀ, ਉਸ ਤੋਂ ਬਾਅਦ ਇਹ ਮੱਖੀ ਚੀਨੇ ਜਨਾਬ ਬੱਕਰੇ ਵੀ ਖਾ ਰਹੀ ਹੈ। ਇਹ ਵੇਖੋ ਜੀ, ਦੋ ਬੱਕਰੇ ਇਹ ਖੜ੍ਹੇ ਨੇ, ਦੂਸਰੇ ਜਨਾਬ ਇਹ ਖੜ੍ਹੇ ਨੇ ਬੱਕਰੇ। ਸੋ ਜੀ, ਕਿਤਨੇ ਟੋਟਲ ਬੱਕਰੇ ਨੇ ਆਪਣੇ ਕੋਲ? 10 ਬੱਕਰੇ ਨੇ। ਲਓ ਜੀ, 10 ਬੱਕਰੇ ਹੈ ਨੇ ਇਹਨਾਂ ਕੋਲੋਂ, ਬੱਕਰੇ ਚੈੱਕ ਕਰਾ ਦਈਏ, ਫੇਸ ਚੈੱਕ ਕਰਾ ਦਈਏ, ਫਿਰ ਜਨਾਬ ਰੈਡ ਸ਼ੈਡ ਪੁੱਛਣੇ ਆ, ਕੀ ਜਨਾਬ ਰੈਡ ਸ਼ੈਡ ਕਰਨੇ ਅੱਜ ਦਾ? ਪੱਠੇ ਇੱਥੇ ਉਤਾਂਹ ਕਰਨਾ, ਆਪੇ ਮੂੰਹ ਉਤਾਂਹ ਕਰ ਲਈ। ਇਹ ਵੇਖ, ਲਓ ਜੀ, ਇਹ ਵੇਖ ਲਓ ਜੀ, ਇਹਨਾਂ ਦੇ ਫੇਸ ਚੈੱਕ ਕਰੋ ਪਹਿਲੇ, ਤਾਂ ਇਹ ਦੱਸੋ ਇਹਨਾਂ ਦੀ ਉਮਰ ਕਿਤਨੀ ਕਿਤਨੀ ਹੈ ਭਾਈ? ਉਮਰ ਹੈ 6-6 5-5 ਮਹੀਨੇ। ਸਹੀ ਹੋ ਗਿਆ। ਆਹੋ, ਦੋ ਵੱਖਰੇ ਕਿਉਂ ਖੁਲਵਾਏ? ਉਹ ਵੈਸੇ ਗਾਹਕ ਚੈੱਕ ਕੀਤੇ। ਅੱਛਾ ਅੱਛਾ, ਠੀਕ ਹੋ ਗਿਆ। 10 ਬੱਕਰਾਂ ਦੀ ਲਾਟ ਦਾ ਕੀ ਮੁੱਲ ਕਰਦੇ ਪਏ ਹੋ? ਇਹਦਾ ਮੁੱਲ ਤਾਂ ਕਰਨੇ 35-35। ਫਾਈਨਲ ਇੱਕੋ ਗੱਲ, ਜਿੱਥੇ ਦੇਵਣੇ ਉਹ ਦੱਸੋ। ਫਾਈਨਲ 32,000। ਫਾਈਨਲ 32-32,000 ਨੂੰ। ਠੀਕ ਹੋ ਗਿਆ। ਅਗਰ ਕੋਈ ਇੱਕ ਲਵੇ, ਦੋ ਲਵੇ, ਜਿਹੜੇ ਜਿੰਨੇ ਮਰਜ਼ੀ ਕੋਈ ਲਵੇ, ਇੱਕ ਲਵੇ ਦੋ ਲਵੇ ਤਾਂ ਵੀ ਰਿਆਇਤ ਉਹ ਰਿਆਇਤ ਕਿ ਹੋਰ ਵੀ ਕਮੀ ਬੇਸ਼ੀ ਹੋ ਜਾਵੇ? ਹੋਰ ਵੀ ਕਮੀ ਹੋ ਜਾਵੇ। ਲਓ ਜੀ, 10 ਦੇ 10 ਕੋਈ ਲਈ ਸੀ ਤੇ ਹੋਰ ਹੀ ਕਮੀ ਬੇਸ਼ੀ ਹੋ ਜਾਵੇ ਸੀ। ਨੰਬਰ ਸ਼ੇਅਰ ਕਰੋ। ਹਾਂ, 0306-8432-900 ਨੋਕ ਸਾਹਿਬ ਵਾਲਾ ਤੁਹਾਡਾ ਜਾਨਵਰ ਹੋਣਾ। ਠੀਕ ਹੋ ਗਿਆ। ਲਓ ਜੀ, ਇੱਕ ਵਾਰੀ ਫੇਰ ਜਾਨਵਰ ਚੈੱਕ ਕਰਾ ਦੀ, ਜੋੜਾ ਇਹ ਖਲੋਤਾ ਜੀ, ਉਸ ਤੋਂ ਬਾਅਦ ਬਾਕੀ ਇਹ ਖਲੋਤਾ ਜੀ, 10 ਬੱਕਰੇ ਨੇ ਸਾਰੇ ਟੋਟਲ। ਸਹੀ ਹੋ ਗਿਆ। ਤੋਹਫੇ ਇਹ ਜਨਾਬ ਅੱਜ ਦੀ ਮੰਡੀ ਦਾ ਅਪਡੇਟ, ਔਰ ਹੋਰ ਵੀ ਜਨਾਬ ਜਾਨਵਰ ਤੁਹਾਨੂੰ ਚੈੱਕ ਕਰਾ ਦਿੰਦੇ। ਬਾਈ ਨੇ ਕਿਹਾ ਸੀ ਕਿ ਬੱਕਰੀਆਂ ਵੀ ਖਾਇਆ ਜੇ, ਬੱਕਰੀਆਂ ਵੀ ਖਾਣੇ ਆ, ਕਿਧਰੇ ਲੱਭ ਜਾਂਦਾ ਤਾਂ ਯਾਰ ਸਹੀ ਨੇ ਭਾਈ, ਅੱਗੇ ਬੱਕਰੇ ਉਹ ਚੈੱਕ ਕਰਾਉਂਦੇ ਰਹਿੰਦੇ ਤੁਹਾਨੂੰ, ਅੱਜ ਬੱਕਰੀਆਂ ਲੈ ਕੇ ਆਏ ਸਨ। ਉਹ ਸਾਈਡ ਤੇ ਖੜਦਾ, ਆਵਾਜ਼ ਬਾਈ ਕੇਸ਼ਾ ਲਈ ਵਧੇ ਨੇ।
ਵੀਡੀਓ ਲਾਈਵ ਚੱਲਦੀ ਪਈ ਭਾਈ ਜਾਨ ਲਾਈਵ ਲਾਈਵ ਚੱਲਦੀ ਪਈ ਹੈ ਚੌਕੀ ਗੱਬਣ ਫਰੰਟ ਵਾਲੀ ਲੋ ਜੀ ਫੇਸ ਚੈੱਕ ਕਰੋ ਮਾਸ਼ਾਅੱਲਾ ਵੀ ਆਈ ਪੀ ਫੇਸ ਹੈ ਔਰ ਸੋਹਣੀਆਂ ਮਾਸ਼ਾਅੱਲਾ ਬੱਕਰੀਆਂ ਨੇ ਇਹਨਾਂ 'ਚ ਕੋਈ ਸ਼ੱਕ ਨਹੀਂ ਔਰ ਇਹ ਜਨਾਬ ਸਪੈਸ਼ਲ ਵੀਡੀਓ ਜਨਾਬ ਆਵਾਸ ਭਾਈ ਹੋਰਾਂ ਦੀ ਉਸ ਤੋਂ ਬਾਅਦ ਜਨਾਬ ਇੱਕ ਇਹ ਵੀ ਚੈੱਕ ਕਰਾਇਆ ਆਵਾਸ ਭਾਈ ਨੇੜੇ ਆਓ ਖਾਂ ਇੱਕ ਮਿੰਟ ਖਲੋਵਣ ਦੇ ਇੱਕ ਕਰ ਦਿਖਾ ਉਦੋਂ ਹੀ ਹੋਰ ਲਿਆ ਫਿਰ ਤੋਰ ਕੇ ਦਿਖਾਵਾਂ ਇੱਥਾਂ ਹੀ ਖਲੋਆ ਲਓ ਜੀ ਇਹ ਚੀਜ਼ ਚੈੱਕ ਕਰੋ ਜਨਾਬ ਖੀਰੀ ਹੈ ਸ਼ੁਕੀਨ ਹਜ਼ਰਾਤ ਰਾਬਤਾ ਕਰੋ ਲਓ ਜੀ ਇਹ ਵੀ ਖੀਰੀ ਹੈ ਬਾਦ ਭਾਈ ਮਾਸ਼ਾਅੱਲਾ ਸੋਹਣੀਆਂ ਚੀਜ਼ਾਂ ਨੇ ਇਹ ਪਿਛਲੀ ਸਾਈਡ ਇੱਕ ਮਿੰਟ ਥਾਂ ਖੁਲਵਾ ਬੱਕਰੀਆਂ ਦੀ ਇਹ ਸਾਈਡ ਲਾਜ਼ਮਨ ਚੈੱਕ ਕੀਤੀ ਕਰੋ ਜਿਹੜੀ ਪਿਛਲੀ ਹੁੰਦੀ ਹੈ ਠੀਕ ਹੈ ਨਾ ਕਿਉਂਕਿ ਬੱਕਰੀਆਂ ਜ਼ਿਆਦਾਤਰ ਉਹ ਕੰਜ ਨਿਕਲਦੀਆਂ ਲੇਕਿਨ ਆਵਾਸ ਬਾਈ ਦੀ ਗਰੰਟੀ ਅਸਾਂ ਦੇਵਾਂਗੇ ਇਨਸ਼ਾਅੱਲਾ ਔਰ ਕੱਚੀਆਂ ਕੱਚੀਆਂ ਇਹਦੀ ਉਮਰ ਹੀ ਤਕਰੀਬਨ ਉਨੀ ਹੈ ਇਹ ਦੋਵੇਂ ਬਹਿਣਾ ਨਹੀਂ ਅਲੱਗ ਦੋਵੇਂ ਬਹਿਣਾ ਮਾਸ਼ਾਅੱਲਾ ਬਾਕੀ ਜਨਾਬ ਰੈਟ ਸ਼ਰਟ ਪੁੱਛ ਕੇ ਦੱਸਣੇ ਕੀ ਰੈਟ ਕਰ ਇਹ ਲਿਆਓ ਤੀਸਰੀ ਲਓ ਜੀ ਗੱਬਣ ਵੀ ਵਿਖਾ ਦਈਏ ਬੜੀ ਪਸੰਦ ਆਈ ਹੈ ਮੈਨੂੰ ਮੇਰੇ ਕੋਲ ਪੈਸੇ ਨਹੀਂ ਤਾਂ ਮੈਂ ਇਹ ਬੱਕਰੀ ਜ਼ਰੂਰ ਲੈ ਲਵਣੀ ਗੱਬਣ ਤੇ ਫੇਸ ਬੜਾ ਚੰਗਾ ਇਹ ਰੀਡਰ ਵੀ ਚੈੱਕ ਕਰਨ ਕ੍ਰਾਸ ਹੁੰਦੀ ਹੋਈ ਦੀ ਵੀਡੀਓ ਹਾਂਜੀ ਉਹ ਵੀ ਸਾ ਆਪਣੇ ਕੋਲ ਮੌਜੂਦ ਹੈ ਅੱਛਾ ਰਾਤ ਦੇ ਟਾਈਮ ਤਕਰੀਬਨ 10 ਲੱਖ ਦਾ ਬੱਕਰਾ ਜਿਹੜੇ ਤੋਂ ਕ੍ਰਾਸ ਹੋਈ ਕ੍ਰਾਸਿੰਗ ਦੀ ਵੀਡੀਓ ਹੈ ਤੁਹਾਡੇ ਕੋਲ ਇਹ ਮੌਜੂਦ ਹੈ ਆਪਣੇ ਕੋਲ ਸਹੀ ਹੋ ਗਿਆ ਕੋਈ ਵੀ ਬਾਈ ਇਹ ਬੱਕਰੀ ਖਰੀਦੇ ਗੱਬਣ ਬੱਕਰੀ ਹੈ ਤੇ ਕ੍ਰਾਸਿੰਗ ਦੀ ਕੋਈ ਵੀਡੀਓ ਮੰਗੇ ਨਾ ਬਈ ਇਸ ਤੇ ਬਰੀਡਰ ਕਿਹੜਾ ਲੱਗ ਹੋਇਆ ਉਹ ਵੀ ਇਨਸ਼ਾਅੱਲਾ ਆਵਾਜ਼ ਭਾਈ ਤੁਹਾਨੂੰ ਚੈੱਕ ਕਰਾਵਾਂਗੇ ਆਵਾਜ਼ ਭਾਈ ਬੱਕਰੇ ਤੋਂ ਚਿੱਟੇ ਤਲ ਦੇ ਮੱਖੀ ਚੀਨਾ ਬੱਕਰਾ ਜਿਹੜਾ ਤੋਂ ਕ੍ਰਾਸ ਹੋਈ ਹੈ ਆਵਾਜ਼ ਭਾਈ ਇਹ ਕਿਤਨੇ ਕੁ ਮਹੀਨਿਆਂ ਦੀ ਗੱਬਣ ਹੈ ਇਹ ਤਕਰੀਬਨ ਮਹੀਨੇ ਦੀ ਹੈ ਇੱਕ ਮਹੀਨੇ ਦੀ ਇੱਕ ਮਹੀਨੇ ਕਨਫਰਮ ਆਪਣੇ ਘਰ ਦੀਆਂ ਪੱਠਾਂ ਨੇ ਫਾਰਮ ਦੀਆਂ ਨੇ ਅੱਛਾ ਫਾਰਮ ਦੀ ਨਹੀਂ ਗਰੇਲੂ ਹਨ ਪਹਿਲਾਂ ਗਰੇਲੂ ਲਿਆ ਦੀਆਂ ਹਨ ਗਰੇਲੂ ਬੱਕਰੀਆਂ ਨੇ ਜਨਾਬ ਕੋਈ ਫਾਰਮ ਸ਼ਾਰਮ ਵਾਲੀ ਬੱਕਰੀ ਨਹੀਂ ਹੈ ਇਹਦੀ ਗਰੰਟੀ ਦੇਣਗੇ ਜਨਾਬ ਗੱਬਣ ਦੀ ਮਾਲ ਦਾ ਆਪਣੇ ਤੋਹਫੇ ਲਿਆਂਦੇ ਨੇ ਸਿਰੇ ਪੈਸਨ ਜ਼ਰੂਰਤ ਦੀ ਕੱਲ ਨੂੰ ਫਿਰ ਜਾਵੇ ਤਾਂ ਉਹ ਤੁਹਾਡੀ ਹੋਏਗੀ ਕਿ ਮਾਲਕਾਂ ਦੀ ਹੋਏਗੀ ਇੱਕ ਮਹੀਨੇ ਦੀ ਗੱਬਣ ਉਹ ਨਸੀਬ ਅਸਾਂ ਦੇਵਾਂਗੇ ਅੱਛਾ ਜਿਹੜੀ ਚੀਜ਼ ਦਿਖਾਵਾਂਗੇ ਬਕਾਇਦਾ ਅੱਛਾ ਇਹ ਦੱਸੋ ਪਹਿਲੇ ਸੂਏ ਦੂਏ ਸੂਏ ਪਹਿਲੇ ਸੂਏ ਤੇ ਚਾਰ ਦਿਨ ਦੇ ਐਵੇਂ ਪਹਿਲੇ ਸੂਏ ਤੇ ਹੁਣ ਚਾਰ ਦਿਨ ਪਿਛਲੇ ਸੂਏ ਦੀ ਇੱਕੇ ਬੱਕਰੀ ਦੀ ਤਰੇ ਬੱਕਰੀ ਪੱਠਾਂ ਨੇ ਪਈਆਂ ਯਾਨੀ ਕਿ ਪਹਿਲੇ ਸੂਏ ਦੀ ਤੇ ਦੂਸਰੇ ਸੂਏ ਦੀ ਆਪਣੇ ਘਰ ਦੀਆਂ ਕੀ ਮਸ਼ਵਰਾ ਦਿਓਗੇ ਉਹਨਾਂ ਨੂੰ ਚੌਗੀਆਂ ਕਰਾ ਕੇ ਕ੍ਰਾਸ ਕਰਾਣ ਉਹਨਾਂ ਦੀ ਮਰਜ਼ੀ ਦੀ ਗੱਲ ਹਾਈਟ ਵੇਖ ਲੈ ਤਿੰਨਾਂ ਦੀ ਬਰਾਬਰ ਪਈ ਹੈ 35-35 ਹੈ ਸਹੀ ਹੋ ਗਿਆ ਇੰਚੀ ਟੇਪ ਮਾਰ ਕੇ ਲਵਣ ਤਾਂ ਆਪਾਂ ਦੇ ਦੇ ਜ਼ਿਆਦਾ ਬੰਦੇ ਖੀਰੀਆਂ ਕਰਾਸ ਕਰਾ ਛੱਡ ਦੇਣ ਖੀਰੀਆਂ ਕਰਾਵਣ ਤਾਂ ਕੋਈ ਮਸਲਾ ਕਿਉਂ ਕਿ ਉਸ ਤੋਂ ਦੁੱਧ ਪੀਤੋ ਅੱਛਾ ਅੱਛਾ ਖੀਰ ਬੰਦ ਤੇ ਜਾ ਤੇ ਕਰਾਈ ਯਾਨੀ ਇਸ ਟਾਈਮ ਤਿਆਰ ਨੇ ਇਸ ਟਾਈਮ ਤਿਆਰ ਹੈ ਕਰਾਸ ਹੋਣ ਅਗਰ 4 ਮਹੀਨੇ ਰੋਕ ਜਾਸੇ ਹਾਂ 4 ਮਹੀਨਾਂ ਦੇ ਬਾਅਦ ਇਹ ਪੱਠਾ ਕਰਾਸ ਕਰਾਈ ਤਾਂ 38 ਇੰਚ ਕੱਦ ਦੋ ਸੀ ਪੱਠਾ 38 ਇੰਚ ਹਾਂ ਸੂਦ ਅਗਰ ਇਨਸ਼ਾਅੱਲਾ 40 ਇੰਚ ਕੱਦ ਕਰਤੀ 40 ਇੰਚ ਉਹਦੇ ਪਾਠ ਜੇ ਬੱਕਰੀ ਮੰਡੀ ਤੋਂ ਲਵਣ ਜਾਓ 2-2.5 ਲੱਖ ਰੁਪਏ ਡਿਮਾਂਡ ਹੈ ਅੱਛਾ ਅੱਜ ਆਪਣੀ ਡਿਮਾਂਡ ਨਹੀਂ ਹੈ ਸਹੀ ਉਹ ਵਾਲਿਆਂ ਨਾਲ ਅਗਰ ਤਿੰਨੇ ਪੱਠਾ ਜਿਹੜਾ ਬਾਈ ਲਈ ਸੀ ਹਾਂ ਤੇ ਫਾਈਨਲ 75,000 ਰੁਪਇਆ ਲੈਂਦੇ ਪਏ ਤਰਿਆਂ ਦਾ ਇੱਕ ਬੱਕਰੀ 75,000 ਦੀ ਸਹੀ ਹੈ ਅਗਰ ਜਿਹੜਾ ਤਿੰਨੇ ਵਿਰਾਹ ਇਕੱਠੇ ਸ਼ੌਂਕ ਦਾ ਲਈ ਸੀ ਰੁਪਇਆ ਹੀ ਨਹੀਂ ਗਾਡ ਕਰਨਾ 2 ਲੱਖ ਦੀਆਂ ਵਿਰਾਹਾਂ ਦੇ ਸਭ ਜਿਹੜੇ ਸ਼ਹਿਰ ਚ ਆਖਣ ਆ ਜਾਸੇ ਆਪਣੇ ਫਾਰਮ ਤੇ ਆਵੇਣ ਆਪਣੇ ਘਰੇ ਆਵੇ ਸਹੀ ਆਪਾਂ 23 ਲਈ ਸੋ ਪੈਕੇਜ 2 ਲੱਖ ਦਾ ਪੈਕੇਜ 2 ਲੱਖ ਦਾ 1-2 ਲਈ ਸਰ ਰੈਡੋ ਨਾਲੇ ਦਾ ਅਗਰ ਆ ਲਈ ਸੋ ਇਹ ਜਿਹੜੀ 85-90,000 ਰੁਪਏ ਦੀ ਫਾਈਨਲ ਮਿਲਣੀ ਇੱਕੋ ਰੈਡ ਦਾ ਚਾਹਾਂ ਨਾਲ ਇਹ 85,000 ਰੁਪਏ ਦੀ ਮਿਲਸੀ ਅਗਰ ਗੱਬਣ ਪਾਠ ਜਿਹੜਾ ਲਈ ਜਿਹੜਾ ਵੀ ਲਈ ਸੀ ਗੱਬਣ ਪਾਠ 85,000 ਤੇ ਬਾਕੀ 23 ਲਈ ਸੋ 2 ਲੱਖ ਪੈਕੇਜ 23 ਲਈ ਸੋ 2 ਲੱਖ ਦੀ ਲੁੱਡਣ ਮੰਡੀ ਦੀ ਅੱਜ ਆਫਰ ਹੈ ਭਾਈ ਉਸਤਾਦ ਮੋਹਿਤਬਾਦ ਹੈ ਫਾਰਾ ਨੈਟ ਦਾ ਆਹ 2 ਕੋਈ ਲਵੇ ਤਾਂ ਉਹ 2 ਜਿਹੜਾ ਕੋਈ ਲਈ ਸੀ ਫਾਈਨਲ ਇੱਕੋ ਹਾਂ ਨਾਲ ਹੀ ਸੋਚ ਤੇ ਹਾਂ 1,40,000 ਰੁਪਇਆ 70,000 ਦੀਆਂ ਉਹ 70,000 ਦੀਆਂ ਚੀਜ਼ਾਂ 'ਚ ਕੋਈ ਜਨਾਬ ਕੋਈ ਸ਼ੱਕ ਨਹੀਂ ਕਿ ਇਹਦੇ 'ਚ ਯਾਨੀ ਕਿ ਓਰੀਜਨਲ ਨਹੀਂ ਹੈ ਔਰ ਇਹ 1 ਕੁਆਲਿਟੀ ਦੀ ਨੇ ਮਾਸ਼ਾਅੱਲਾ 2 ਜਨਾਬ ਖੀਰੀਆਂ ਇੱਕ ਜਨਾਬ 4 ਰਨ ਇੱਕ ਗੱਬਣ ਬਿਹਤਰੀਨ ਮਾਸ਼ਾਅੱਲਾ ਪੈਕੇਜ ਇਹ ਜਨਾਬ ਤੁਹਾਨੂੰ ਦੇ ਰਹੇ ਨੇ ਅੱਜ ਆਵਾਜ਼ ਭਾਈ ਸ਼ਾਇਦ ਇਸ ਤਰ੍ਹਾਂ ਦੀਆਂ ਚੀਜ਼ਾਂ ਬੜੀਆਂ ਮੁਸ਼ਕਿਲ ਨਾਲ ਆਉਂਦੀਆਂ ਨੇ
जनाब अज लै ने वेचण वास्ते इन्होंने घरेलू बकरिया ने ते आवाज भाई एक बार नंबर शेयर कर लियो 0304-5849-5849-486 व्हाट्सएप नंबर है लोकेशन ही दस दियो लोकेशन लुडन शहर जिला ब्याड़ी ठीक हो गया बड़ी मेहरबानी जेड़ा भाई आवे आ ते इत्तु घरों भी खरीद सकता पूरे पाकिस्तान कार्गो हो जा ठीक आज बकरे कोई नहीं आंदे बकरे कोई नहीं आंदे बकरे आज हुन लोड कराते आया फैसला अगले वीक हो गए बकरे वीक गए लो जी बकरे तीन पट्ठा घरेलू ले आंदे बकरे सेल हो गए ते ए जनाब तीन पट्ठा ने इना को माशाल्लाह सोनिया पट्ठा ने लो जी और भी चेक करा देने तुहानू अगे जाके मंडी दे अपडेट ने काफी जनाब बारिश होई ते माल शाल ही ठीक ठाक आया है कोई शक नहीं कमाल नहीं आया लेकिन रेट मुख्तलिफ ने चेक कराइए थानू माल किश लई खिला शायद गोट फार्म को बकरियां शकरियां किश लई उहदे ने ले आ बकरियां सिद्धियां कर लो जी बकरियां दी होर तुहानू वीडियो विखा दईए शायद गोट फार्म वालां दी जनाब ਗੱਬਣਾ ਨਹੀਂ ਵੇਲੀਆਂ ਨਹੀਂ ਪਈਆਂ ਅਸੀਂ ਸਿੱਧਾ ਕਰਨਾ ਪਕੜ ਖਲੋ ਨਹੀਂ ਸਿੱਧਾ ਕਰ ਤੇ ਖਲਵਾ ਗਾ ਮੂੰਹ ਇਹਦਾ ਉਤਾਰ ਆਵੇ ਲਓ ਜੀ ਇਹ ਜਨਾਬ ਪਹਿਲਾ ਨੰਬਰ ਵਾਲੀ ਬੱਕਰੀ ਤੁਹਾਨੂੰ ਸ਼ਾਇਦ ਬਾਈ ਹੋਰਾਂ ਦੇ ਜਾਨਵਰ ਤੋਂ ਚੈੱਕ ਕਰਾ ਦੀ ਪਹਿਲਾ ਨੰਬਰ ਵਾਲੀ ਸ਼ਾਇਦ ਬਾਈ ਕਿੰਨੇ ਸੂਏ ਬੱਕਰੀ ਹੈ ਦੋ ਸੂਏ ਸੂਈ ਹੈ ਤਰਾ ਸੂਏ ਸੂਈ ਇੱਕ ਗੱਲ ਦੱਸੋ ਜਿਹੜੀ ਅੱਠਾਂ ਦੋ ਹੀ ਗੱਲ ਕਰ ਲੋ ਓਕੇ ਹੋ ਗਈ ਆ ਨੰਬਰ ਵੀ ਜਨਾਬ ਦੇਵਾਂਗੇ ਇਨਸ਼ਾਅੱਲਾ ਜਿਹੜਾ ਜਾਨਵਰ ਪਸੰਦ ਹੈ ਉਸੇ ਦਾ ਸਕਰੀਨ ਸਾਰ ਲਓ ਇਨਸ਼ਾਅੱਲਾ ਉਹ ਹੀ ਤੁਹਾਨੂੰ ਮਿਲ ਜਾਏਗਾ ਲਓ ਜੀ ਦੂਸਰੇ ਨੰਬਰ ਵਾਲੀ ਇਹ ਚੈੱਕ ਕਰੋ ਇਹ ਕਿਵੇਂ ਮੂੰਹ ਵਾਲੀ ਦੋ ਦੰਦ ਇਹ ਹੁਣ ਦੋ ਦੰਦ ਫਰੈਸ਼ ਹੋਈ ਹੈ ਤੇ ਇੱਕ ਸੂਆ ਸੂ ਚੁੱਕੀ ਹੈ ਇੱਕ ਸੂਆ ਜਨਾਬ ਇਹ ਸੂ ਚੁੱਕੀ ਹੈ ਚੈੱਕ ਕਰ ਪਾਠ ਵੱਡੀ ਸਾਰੀ ਇਕੱਲੀ ਇਹਨਾਂ ਦੇ ਵਿੱਚ ਹਾਂ ਅੱਛਾ ਲਓ ਜੀ ਮਾਸ਼ਾਅੱਲਾ ਸੋਹਣੀ ਪਾਠ ਹੈਗੀ ਪਸੰਦ ਆਈ ਹੈ ਦਿਲ ਨੂੰ ਚੰਗੀ ਲੱਗੀ ਹੈ ਲਓ ਜੀ ਇਹ ਵੀ ਚੀਜ਼ ਚੈੱਕ ਕਰੋ ਤੇ ਮੂੰਹ ਖੋਲ ਪਾਈਏ ਸ਼ਾਹ ਭਈਆ ਦਾ ਵੀ ਖਾ ਛੜ ਨਾਲ ਦੇ ਨਾਲੇ ਓਕੇ ਹੋ ਗਿਆ ਕੀ ਡਿਮਾਂਡ ਹੈ ਇਸਦੀ 50000 ਨਹੀਂ ਇਹ ਤਾਂ ਗੱਲ ਕੋਈ ਨਾ ਹੋਈ ਨਾਲ ਹੀ ਦੋ ਨਾਂ ਤੇ ਨਾਲ ਹੀ 50 ਹੋ ਗਿਆ 45 ਇੱਕੋ ਰੈਡ ਦਾ ਨਹਾ 40000 ਰੁਪਏ ਦਾ ਲੱਗਾ ਫਾਈਨਲ 40000 ਕਰਾਸ ਕਰੂਸ ਤਾਂ ਕਾਈ ਨਹੀਂ ਕਰਾਸ ਨਹੀਂ ਕੋਈ ਵੇਲੀ ਹੈ ਆਪਾਂ ਵੇਲੀ ਤੁਸੀਂ ਵੇਲੀ ਬਣਾ ਲੈ ਦੇਸੋ ਠੀਕ ਹੋ ਗਿਆ ਤੀਸਰੀ ਲਿਆ ਬਈ ਲਓ ਜੀ ਤੀਸਰੇ ਨੰਬਰ ਵਾਲੀ ਚੈੱਕ ਕਰਾ ਦਿੰਦੇ ਆ ਲਿਆ ਬਈ ਲਿਆ ਲਿਆ ਇੱਥੇ ਇੱਥੇ ਬਸ ਬਸ ਥੈਂਕ ਇਹ ਹੈਗੀ ਜੇ ਤੀਸਰੇ ਨੰਬਰ ਵਾਲੀ ਜਨਾਬ ਚੈੱਕ ਕਰੋ ਹਾਂਜੀ ਨਰੀ ਭਾਈ 6 ਦੰਦ ਇਹ ਮੋਲ 6 ਦੰਦ ਇਹਦੀ ਭਾਈ ਗਾਰੰਟੀ ਸਾਨੂੰ ਲੱਭੀ ਚਾ ਦਿੱਤੀ ਹੈ ਮੈਂ ਹਾਂ ਉਹਨਾਂ ਦੇ ਆਖਾ ਦਾ 2 ਮਹੀਨੇ ਦੀ ਗਾਰੰਟੀ ਦੁੱਧ ਵੀ ਹੈ ਅੱਛਾ ਉਹਨਾਂ ਕਿਹਾ ਹੈ ਕਿ 2 ਮਹੀਨਾਂ ਦੀ ਗੱਬਣ ਹੈ ਤੇ ਗੱਬਣ ਦੀ ਗਾਰੰਟੀ ਤੁਸੀਂ ਨਹੀਂ ਦਿੰਦੇ ਨੇ ਲੇਕਿਨ ਉਹਨਾਂ ਸਾਨੂੰ ਗਾਰੰਟੀ ਜਿਵੇਂ ਦਿੱਤੀ ਸੀ ਉਹ ਦੇ ਰਹੇ ਨੇ ਇਹਨਾਂ ਤੇ ਨਹੀਂ ਮਿਲੀ ਸਾਨੂੰ ਨਹੀਂ ਦਿੱਤੀ ਨਿਕਲ ਆਈ ਤਾਂ ਨਸੀਬ ਦੇ ਗੱਲ ਨਾ ਨਿਕਲੀ ਤਾਂ ਹੀ ਨਸੀਬ ਲੇਕਿਨ ਮਹਿਸੂਸ ਕਰੈਂਦੀ 2 ਸੂਏ ਸੂਈ ਇੱਕ ਸੂਆ ਕਿ ਦੂਸਰਾ ਸੂਆ ਦੂਸਰਾ ਸੂਆ ਹੁਣ ਤੀਸਰਾ ਸੂਆ ਇਹਦੀ ਕੀ ਡਿਮਾਂਡ ਕਰਦਾ ਜੀ ਇਹਦੀ ਡਿਮਾਂਡ ਇਹ ਫਾਈਨਲ 45000 ਫਾਈਨਲ 40 ਦੀ ਕਾਰ ਛੱਡ ਪਰਾਂ ਯਾਰ ਵਿੱਚੇ ਪੈਕੇ 30 ਤੇ ਜਾਵਣ ਤੇ 40 ਚਲੋ 40 ਲਓ ਜੀ 40000 ਦੀ ਜਨਾਬ ਇਹ ਜਨਾਬ ਨੂੰ ਮਿਲ ਜੇਗੀ ਤਿੰਨਾਂ ਚ ਜਿਹੜਾ ਮਰਜ਼ੀ ਜਾਨਵਰ ਲਓ ਜਾਨਵਰ ਸੋਹਣੇ ਨੇ ਮਾਸ਼ਾਅੱਲਾ ਕੋਈ ਸ਼ੱਕ ਨਹੀਂ ਨੰਬਰ ਸ਼ੇਅਰ ਕਰ ਦਿਆ ਦਾ ਪੱਠਾ ਵੇਖੋ ਨਾ ਪੱਠਾ ਬੜੀ ਪੱਠਾ ਹੀ ਦਿਖਾਣੇ ਨੰਬਰ ਨਾਲ ਦੇ ਨਾਲ ਦੱਸ ਦਿਓ ਨਾ ਨੰਬਰ ਕਿਆ ਦੱਸਣਾ ਸ਼ਾਇਦ 0306-6363-8 ਅਗਰ ਕਿਸੇ ਨੂੰ ਇਹ ਦੋ ਵੀ ਚਾਹੀਦੇ ਇਹ ਵੀ ਇਨਸ਼ਾਅੱਲਾ ਮਿਲ ਜਾਣਗੇ ਨਦੀਮ ਭਾਈ ਕਿੰਨੀ ਉਮਰ ਹੋਏਗੀ ਇਹਨਾਂ ਦੀ ਜੋੜੇ 5-5 ਮਹੀਨਾ ਦੀ ਹੈ ਨੇ ਕੀ ਪਿਆਰ ਮੁਹੱਬਤ ਕਰ ਲਿਓ ਜੋੜੇ ਦਾ ਜੋੜੀ ਦੇ 55000 ਰੁਪਈਆ ਅਗਰ ਪਰਲੀ ਕੱਲੀ ਕੋਈ ਲਵੇ ਤਾਂ 30000 ਦੀ ਅੱਧਵਾਦ ਕਰ 55 ਨੂੰ 30000 ਕਿਉਂ ਹੋ ਗਈ ਜੋੜੀ ਕੋਈ ਲਵੇ ਤਾਂ 50000 ਜੋੜੀ ਲਓ ਜੀ ਜੋੜੀ ਕੋਈ ਲਈ ਸੀ ਤੇ 50000 ਦੀ ਲਓ ਜੀ ਪੱਠਾ ਮਾਸ਼ਾਅੱਲਾ ਸੋਹਣੀਆਂ ਨੇ ਫੇਸ ਸ਼ੇਸ ਵੀ ਚੰਗਾ ਕਾਂਸ਼ਾਨ ਵੀ ਚੰਗੇ ਨੇ ਦੋਵੇਂ ਬਹਿਣਾਂ ਕੇ ਲੈਦਾ ਲੈਦਾ ਲਈ ਲੈਦਾ ਲੈਦਾ ਲਈਆਂ ਨੇ ਲਓ ਜੀ ਚੈੱਕ ਕਰਾ ਦੇ ਨਜ਼ਦੀਕ ਕਰਕੇ ਇਹਦਾ ਫੇਸ ਵੇਖ ਲਓ ਇਸ ਦਾ ਵੀ ਫੇਸ ਵੇਖ ਬਸ ਜੀ
ਇਹ ਨੇ ਇਹ ਵੀ ਦੋ ਹੈ ਨੇ ਇਹ ਵੀ ਪੱਠਾ ਨੇ ਲਓ ਜੀ ਇਹ ਜੋੜਾ ਵੀ ਚੈੱਕ ਕਰ ਲਓ ਪੱਠਾ ਦਾ ਅੱਜ ਜਨਾਬ ਬੱਕਰੀਆਂ ਬੱਕਰੇ ਔਰ ਪੱਠਾ ਮਿਕਸ ਵੀਡੀਓ ਕੱਲ੍ਹ ਵੀ ਤੁਹਾਨੂੰ ਦਿਖਾਈ ਅੱਜ ਫਿਰ ਜਨਾਬ ਦਿਖਾ ਰਹੇ ਹਾਂ ਅਤੇ ਇਹ ਪੱਠਾ ਵਿੱਚ ਇਹ ਵੀ ਹੈ ਨਾ ਕੋਈ ਪੰਜ ਪੰਜ ਮਹੀਨਿਆਂ ਦੀਆਂ ਹਾਂਜੀ ਇਹ ਵੀ ਸਾਢੇ ਪੰਜ 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 ਛੇ ਛੇ ਮਹੀਨੇ ਕੀ ਜੋੜੇ ਦਾ ਕਰ ਰਹੇ ਹੋ ਪਿਆਰ ਮੁਹੱਬਤ ਦਾ 50 ਕਰ ਰਹੇ ਹੋ 45 ਦੇ ਮਿਲ ਜਾਂਦੇ ਠੀਕ ਲਓ ਜੀ ਪਾਓ ਗਾਨੀ ਕੋਈ ਨਹੀਂ ਖਾਇਆ ਹੈ ਲਓ ਓਕੇ ਲਓ ਜੀ ਅੱਜ ਦੀ ਵੀਡੀਓ ਤੁਹਾਨੂੰ ਦਿਖਾ ਦਿੱਤੀ ਹੈ ਇਹਦੇ 'ਚ ਫਰਾਂਡ ਤੁਹਾਨੂੰ ਬੱਕਰੇ ਦਿਖਾਏ ਨੇ ਪੱਠਾਂ ਦਿਖਾਈਆਂ ਨੇ ਬੱਕਰੀਆਂ ਦਿਖਾ ਦਿੱਤੇ ਨੇ ਅਤੇ ਉਮੀਦ ਕਰਨਾ ਜਨਾਬ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਏਗੀ ਵੀਡੀਓ ਪਸੰਦ ਆਇਆ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਅੱਜ ਦੇ ਜਾਨਵਰ ਕਿਸ ਤਰ੍ਹਾਂ ਲੱਗੇ ਔਰ ਅੱਜ ਦੇ ਰੈਡ ਜਨਾਬ ਕਿਸ ਤਰ੍ਹਾਂ ਲੱਗੇ ਇਨਸ਼ਾਅੱਲਾ ਨਵੀਂ ਵੀਡੀਓ ਨਾਲ ਫਿਰ ਹਾਜ਼ਰ ਹੋਵਾਂਗੇ